ਜੇ ਬਾਹਰਲੇ ਮੁਲਕੋਂ ਨਵਾਂ ਕੋਟ ਆ ਗਿਆ ਜਾਂ ਜੇ ਮਾਲਿਆਂ ਕੋਲ ਸੂਟ ਸੰਭਾਲ ਲਿਆ ਤੇ ਜਾਂ ਬਾੜ ਮਨਾ ਲੈਣ ਤਕਰੂ ਸੰਨ ਕੀ ਜੋ ਟੈਗਿੰਗ ਕਿਉਂ ਕਰਦੇ ਹੋ ਮਤਲਬ ਫੇਸਬੁਕ ਤੇ ਐਡੀ ਜਾਣੂ ਇੰਜੇ ਮਾਨੇਰਾ ਮੋਬਾਈਲ ਹੋਣਾ ਜਰਾ ਪਧਾਈ ਹੱਥੇ ਵੇ ਵਖਾਹ ਕਰ ਜਰਾ ਅਲਾ ਕੱਢ ਕੇ ਨਾ ਫੋਟੋਆਂ ਵੇਟ ਹੋ ਜਾਂਦੇ ਨੇ ਬੰਦੇ ਦੀਆਂ ਘਰ ਦੀਆਂ ਫੋਟੋ ਹੋ ਸਕਦੀਆਂ ਉਹਦੀਆਂ ਬਹਿਣਾ ਨਹੀਂ ਫੋਟੋ ਵਿੱਚ ਹੋ ਸਕਦੀਆਂ ਫੈਮਿਲੀ ਫੋਟੋ ਹੋ ਸਕਦੀਆਂ ਫੋਟੋ ਚੈੱਕ ਕਰ ਲਾ ਪੁੰਨੀ ਸਭ ਤੋਂ ਗੱਟਿਆਰ ਕਰ ਦੂਜੀ ਮੈਂ ਕਈ ਵੇਖਿਆ ਜੇ ਉਹ ਕਿਸੇ ਉਹਦੇ ਨਾਲ ਕੋਈ ਕੁੜੀ ਛੋੜੀ ਸੈਟ ਹੈ ਨਾ ਤੇ ਆਪ ਵੀ ਉਹਦੇ ਠਰਕਿੰ ਤੇ ਖੁਦਾ ਦੀ ਕਸਮ ਵਿੱਚੋਂ ਬਾਨੇ ਨਾਲ ਚੋਰੀ ਉਹਦੀ ਆਖ ਪਰਤਾਕ ਮੇਲੀ ਵਿੱਚੋਂ ਕੁੜੀ ਦਾ ਨੰਬਰ ਕਾਰਡ ਲੈਂਦਾ ਹਾਂ ਬਾ ਮਿਠਿਆ ਉਹ ਅੱਜ ਜਰਾ ਗੱਲ ਕਰਨੀ ਹੈ ਤੁਹਾਡੇ ਨਾਲ اخਲਾਕيات ਤੇ ਇਹ ਤੁਹਾਡੇ ਸਾਰੀਆਂ ਰੋਜ਼ਮਰਾਈ ਨਾਲ ਮਾਮਲਿਆਂ ਨਾਲ ਮਸਲਾ ਹੈ ਮੈਂ ਆਖਿਆ ਜਰਾ ਦੱਸ ਦਿਆਂ ਗੱਲ ਮੇਰੀ ਤਵੱਜਹ ਨਾਲ ਸੁਣਿਆ ਸਭ ਤੋਂ ਪਹਿਲੀ ਗੱਲ ਤੇ ਬਾ ਮਿਠਿਆ ਉਹ ਬਾ ਬੰਦਾ ਯਾਰਾਂ ਮੇਲੀਆਂ ਵਿੱਚ ਜਿੱਤ ਲਖਲੋਤੇ ਆਵੇ ਤੇ ਉਹਦੀ ਕੋਈ ਜ਼ਰੂਰੀ ਕਾਲ ਆ ਜਾਵੇ ਤੇ ਉਹ ਸੁਣੋ ਨੀ ਤੇ ਪਰਾਂ ਟੋਰ ਜਾਵੇ ਹੈ ਇਹਦਾ ਮਤਲਬ ਹੈ ਬਾ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਕੋਈ ਬੜਾ ਉਹਦਾ ਜ਼ਰੂਰੀ ਜਾਂ ਪਰਸਨਲ ਮਸਲਾ ਹੈ ਕੋਈ ਘਰ ਦਾ ਇਸ਼ੂ ਹੋ ਸਕਦਾ ਬੰਦਾ ਫੋਨ ਪਰ ਸੁਣ ਕੇ ਤਲੇ ਹੁੰਦਾ ਹੁੰਦਿਆ ਸਾਰ ਪੜਾ ਹਲਾ ਕੀਦਾ ਫੋਨ ਦੱਸ ਕੇ ਕੀਦਾ ਉਹ ਜਰਾ ਇਹਦੇ ਉੱਤੇ ਬਣਾਉਂਦਾ ਮੋੜਾ ਲਾ ਦੱਸੇ ਨਾ ਬਾ ਫਲਾਣੇ ਦਾ ਜਾਂ ਘਰੇਦਿਆਂ ਦਾ ਕੀ ਆਦੇ ਨਹੀਂ ਕੇ ਉਹ ਭਾਈ ਉਹ ਜੇ ਤੁਹਾਨੂੰ ਦੱਸਣਾ ਹੈ ਬਾਕੀ ਯਾਲੇ ਆਣ ਤੇ ਉਹਨੋਂ ਪਰਾਂ ਜਾਣ ਦੀ ਕਿਹੜੀ ਲੋੜ ਹੈ ਤੋ ਹੱਥੋਂ ਛੁਪਾਣਾ ਆਸ ਨਹੀਂ ਉਹਦਾ ਕੋਈ ਜਾਤੀ ਮਸਲਾ ਹੈ ਤਾਂ ਹੀ ਕੀਤਾ ਮਿਹਰਬਾਨੀ ਕੀਤਾ ਕਰੋ ਇੱਕ ਤੇ ਇਸ ਸਹੀ ਉੱਤੇ ਯਾਰੀ ਨਮਤਿਆਨਾ ਉੱਤੇ ਨਾ ਪਾਵਿਆ ਕਰੋ ਨੰਬਰ ਨੰਬਰ 2 ਹਲਾ ਕਈ ਵਾਰੀ ਨਾ ਬੰਦਾ ਵਾਸ਼ਰੂਮ ਚ ਹੁੰਦਾ ਕਿਸੇ ਵੀ ਅਸੀ ਸਿਚੁਏਸ਼ਨ ਵਿੱਚ ਹੁੰਦਾ ਘਰ ਦੇ ਵਿੱਚ ਬੈਠਿਆ ਹੁੰਦਾ ਘਰ ਦੇੰਦੇ ਨਹੀਂ ਵੀਡੀਓ ਕਾਲ WhatsApp ਤੇ ਦਰੀ ਹੁੰਦੇ ਨੇ ਦਰੀ ਹੁੰਦੇ ਨਗਲਾ ਨਹੀਂ ਚਾਹਦਾ ਕੋਈ ਖੁਦਾ ਦਾ ਖੌਫ ਕਰ ਲਓ ਬਸ ਜੇ ਨਹੀਂ ਚਾਇਆ ਤੇ ਕੋਈ ਨਾ ਕੋਈ ਵਜ੍ਹਾ ਨਾ ਸਾਰੀ ਦੁਨੀਆ ਕੋਈ ਤੁਹਾਡੇ ਹਰ ਵੇਲੇ ਹੀ ਹੈ ਜਾਂ ਮਤਲਬ ਹਰ ਵੇਲੇ ਲੋਕ ਪਲੁੱਗੀ ਪਈ ਹੋਈ ਹੈ ਭਾਈ ਇੱਕ ਦੋ ਵਾਰੀ ਅਗਲੇ ਇਨਕਾਲ ਕੀਤੀ ਜੇ ਉਸ ਨਹੀਂ ਚਾਹੀ ਤਾਂ ਮੈਸੇਜ ਛੱਡ ਦਿੱਤਾ ਉਹ ਆਪੇ ਤੁਹਾਡੇ ਨਾਲ ਰਾਬਤਾ ਕਰ ਲਈ ਸੀ ਤੇ ਵੀਡੀਓ ਕਾਲ ਦਾ ਕੀ ਤੋਕ ਬੰਦਾ ਜੀ ਇੱਕ ਵਾਰੀ ਵੀਡੀਓ ਕਾਲ ਨੈਸ ਚੁੱਕੀ ਜੀ ਉਸ ਦੁਆਨੇ ਆਖਿਆ ਨਹੀਂ ਮੈਨੂੰ ਵੀਡੀਓ ਕਾਲ ਕਰੋ ਤੇ ਤੂੰ ਜ਼ਾਦਾਰਾ ਲੈਣੀਆਂ ਨੇ ਉਹਦੇ ਨਾਲ ਵੀਡੀਓ ਕਾਲ ਕਰਕੇ ਹੈ ਆਈ ਸਮਝ ਇੱਕ ਇਸ ਤੋਂ ਵੀ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਬਾ ਭਾਈ ਜੇ ਬਾਹਰਲੇ ਮੁਲਕੋਂ ਨਮਾ ਕੋਟ ਆ ਗਿਆ ਹੈ ਜਾਂ ਜੇ ਮਾਲਿਆਂ ਕੋਲ ਸੂਟ ਸੰਭਾਲ ਲਿਆ ਹੈ ਤੇ ਯਾਂ ਬਾੜ ਮਨਾ ਲੈਨ ਤਕਰੂ ਸੰਨ ਕੀ ਜੋ ਟੈਗਿੰਗ ਕਿਉਂ ਕਰਦੇ ਹੋ ਮਤਲਬ ਫੇਸਬੁਕ ਤੇ ਐਡਾ ਤੂੰ ਸ਼ਾਹਰੁਖ ਖਾਨ ਹੈ ਤੂੰ ਆਪਣੀ ਫੋਟੋ ਚਾੜ ਕੇ ਜੈਸ ਲਾਈਕ ਕਰਨੀ ਹੋਏ ਕਰ ਲਈ ਸੀ ਜੈਸ ਕਮੈਂਟ ਕਰਨਾ ਕਰ ਲਈ ਸੀ ਲੋਕੀ ਤੇਰੀ ਫਰੈਂਡ ਲਿਸਟ ਚ ਮੌਜੂਦ ਨਹੀਂ ਅੱਜ ਜਿੰਨੀ ਟਰਚਰ ਬੰਦ ਕਰਵਾ ਟੈਗਿੰਗ ਵਾਲਾ ਹਰ ਬੰਦਾ ਜਿਹੜਾ ਆਪਣੀਆਂ ਫੋਟੋ ਟੈਗ ਕਰਦਾ ਮਾਫੀ ਦੇ ਛਡੋ ਜੂ ਜਾਣਦੇ ਹੋ ਬੜਿਆ ਓਕਿਆ ਕੀਤੇ ਆ ਦੋ ਲੇਕ ਜ਼ਰੂਰੀ ਸੁਣਾਣੀ ਹੈ ਬਾਈ ਯਾਰਾਂ ਦੇ ਇਤਬਾਰ ਦੀ ਮੈਂ ਕਸਮ ਹੈ ਮੇਰੇ ਆਪਣਾ ਵੇਖਿਆ ਵਾਕਿਆ ਕਈ ਵਾਰੀ ਮੇਲੀ ਜਾਣੂ ਇੰਜੇ ਮਾਨੇਰਾ ਮੋਬਾਈਲ ਹੋਰ ਜਰਾ ਪਦਾਈ ਹੱਥੇ ਵੇ ਵਖਾ ਖ ਜਰਾ ਅਲਾ ਕੱਢ ਕੇ ਨਾ ਫੋਟੋਆਂ ਵੇਟ ਹੋ ਜਾਂਦੇ ਨੇ ਬੰਦੇ ਦੀਆਂ ਘਰ ਦੀਆਂ ਫੋਟੋ ਹੋ ਸਕਦੀਆਂ ਉਹਦੀਆਂ ਬਹਿਣਾ ਦੀਆਂ ਫੋਟੋ ਵਿੱਚ ਹੋ ਸਕਦੀਆਂ ਫੈਮਿਲੀ ਫੋਟੋ ਹੋ ਸਕਦੀਆਂ ਫੋਟੋ ਚੈੱਕ ਕਰ ਲਾਪੋ ਨੇ ਸਭ ਤੋਂ ਗੱਟਿਆਰ ਕਰ ਦੂਜੀ ਮੈਂ ਕਈ ਵੇਖਿਆ ਜੇ ਉਹ ਕਿਸੇ ਉਹਦੇ ਨਾਲ ਕੋਈ ਕੁੜੀ ਛੋੜੀ ਸੈਟ ਹੈ ਨਾ ਤੇ ਆਪ ਵੀ ਉਹਦੇ ਠਰਕਿੰ ਤੇ ਖੁਦਾ ਦੀ ਕਸਮ ਵਿੱਚੋਂ ਬਾਨੇ ਨਾਲ ਚੋਰੀ ਹੁੰਦੀ ਆਖ ਪਰਤਾਖ ਬੇਲੀ ਵਿੱਚੋਂ ਕੁੜੀ ਦਾ ਨੰਬਰ ਕੱਢ ਲੈਂਦੇ ਨੇ ਘਟੀਆਂ ਅੰਜ ਦੇ ਮਜ਼ਾਕ ਹੁੰਦੇ ਨੇ اخਲਾਕੀਅਤ ਵਿੱਚ ਨਹੀਂ ਹੁੰਦੇ ਮਜ਼ਾਕ ਦਾ ਵੀ ਕੋਈ ਲੈਵਲ ਹੁੰਦਾ ਕੋਈ ਬੰਦੇ ਦੇ ਆਪੁੱਤਰਾਂ ਵਾਲੇ ਕੰਮ ਕਰ ਲਵਿਆ ਕਰੋ ਇੱਥੇ ਗੱਲਾਂ ਡਕਸਾਂ ਤੇ ਮੋਸਨ ਚੀਮਾ ਸਾਹਿਬ ਆਜ ਦਾ ਕੰਟੈਂਟ ਦਿੱਤਾ ਉਹਨਾਂ ਨੂੰ ਅਕਸਰ ਸੀ ਗੱਪਾਂ ਭਰਾ ਮਾਰਦੇ ਆ ਤੁਹਾਨੂੰ ਮੈਂ ਦੱਸਿਆ ਚੀਜ਼ਾਂ ਬੜੀਆਂ ਜ਼ਰੂਰੀ ਆ ਗੱਲ ਕਰ ਇੱਥੇ ਗੱਲਾਂ ਡਕਸ ਸਤਿਆਕਸਾਸਦੇ ਰਹੋ ਵਸਦੇ ਰਹੋ ਉੱਚੇ ਟਾਣਾਈ ਰਹੋ जे थोेन बि इन हूंदा वीडियो शेयर करियो त अच्छा पैगाम सब तक पहुचे थैंक्यू